ਉਹ ਭਾਈ ਇੰਨਾ ਕੱਟ ਇੰਨਾ ਕੱਟ ਤਾਂ ਆਪਣੇ ਪਿੰਡ ਦੇ ਲੰਬੜਦਾਰ ਦੇ ਧੋਖ ਤੇ ਨਹੀਂ ਹੋਇਆ ਸੀ ਆਪੋਏ ਮੁੱਛਾਂ ਠੀਕ ਆ ਭਰਾ ਦੀਆਂ ਜਮਾ ਹੀ ਬੰਬ ਧੂੜ ਨਿਕਲ ਜੂ ਅੱਜ ਤਾਂ ਉਹ ਭਾਈ ਜੀ ਬਾਈ ਜੀ ਉਹ ਮੈਨੂੰ ਤਾਂ ਸਕੂਲ ਚ ਹੀ ਸੀਰੀ ਲਾ ਦੇ ਧਰਮ ਨਾਲ ਬੜੀ ਮੌਜ ਆਇਆ ਤੇ ਮੈਂ ਤਾਂ ਆਪਣੀ ਕੱਲ੍ਹ ਹੀ ਬਾਡੀ ਚੱਕ ਲਿਆ ਉਹਨਾਂ ਉਹ ਪੈਰ ਪਰੇ ਕਰ ਯਾਰ ਕੱਪੜਿਆਂ ਨੂੰ ਗਰੀਸ ਨਾ ਲਾ ਦੀ ਲੱਗਦਾ ਮੌਜ ਦਾ ਇਹ ਉਹ ਕਿੱਥੇ ਰਹਿ ਗਈ ਯਾਰ ਉਹ ਨਿੱਕੇ ਆ ਗਈ ਓਏ ਮਾਰ ਸੈਲਫ ਪਾਲਾ ਗਿਰ ਖੜ ਜਾ ਓਏ ਦੇਸੀ ਪਸੰਦ ਆ ਕਹਿੰਦੇ ਪਿੱਛੇ ਹੁਣ ਹੁਣ ਦਾਣੇ ਵਾਲੇ ਟੈਂਕ ਚ ਵੜ ਜਾਈਏ ਇੱਥੇ ਹੀ ਦੜਾਂਗੇ ਅਸੀਂ ਤੁਹਾਨੂੰ ਤੈਨੂੰ ਸ਼ਰਮ ਨੀ ਆਉਂਦੀ ਕਿਉਂ ਆਪਣੇ ਪਿੰਡਾਂ ਵਾਲਿਆਂ ਦਾ ਜਲੂਸ ਕਢਾ ਰਿਹਾ ਇੱਥੇ ਕਿਹੜਾ ਝੋਨਾ ਬੀਜਿਆ ਜਿਹੜਾ ਕੰਪੈਨ ਲੈ ਕੇ ਆ ਗਿਆ ਪਾਗਲ ਇਹਨੂੰ ਕੀ ਹੋਇਆ ਤੂੰ ਪਤਾਸੇ ਲੈਣੇ ਕੁੜੀ ਬਾਲੀ ਚੈਂਟ ਆ ਉਹ ਮੈਨੂੰ ਤਾਂ ਆਪ ਪੂਰੀਆਂ 35 ਬੜੀ ਲੱਗਦੀ ਆ ਉਹ ਤੁਸੀਂ ਰਹਿਣ ਦਿਓ ਯਾਰ ਮੈਨੂੰ ਲੱਗ ਗਿਆ ਪਤਾ ਸਿੱਧਾ ਹੋਣੀ ਪੈਣਾ ਮੈਨੂੰ ਸਿੱਧਾ ਕੀ ਹੋਣਾ ਪੈਣਾ ਉਹ ਬਾਈ ਤੁਹਾਡਾ ਕੀ ਗਿਆ ਉਹ ਬੇਇੱਜ਼ਤੀ ਤਾਂ ਮੇਰੀ ਹੋਈ ਹੈ ਉਹ ਮੈਂ ਜਾਨ ਤੇ ਖੇਡ ਕੇ ਇੱਥੇ ਕਿਰਪੈਨ ਲੈ ਕੇ ਆਇਆ ਉਹ ਹੁਣ ਮੈਂ ਪਿੰਡ ਜਾ ਕੇ ਕੀ ਮੂੰਹ ਦਿਖਾਉਂਗਾ ਆਹੋ ਬਹੁਤ ਸੁਨੱਖਾ ਨਾ ਮੂੰਹ ਤੇਰਾ ਉਹ ਵੀਰੇ ਪਿੰਡ ਜਾ ਵੜਾ ਯਾਰ ਉੱਥੇ ਬੇਬੇ ਤੋਂ ਨਾਲੇ ਮੇਰੇ ਗੋਲੀ ਪਵਾਏਗਾ ਨਾਲੇ ਆਪਣੀ ਵੱਖੀ ਚਾਹੇਗਾ ਚੱਲ ਨਿਕਲ ਇਥੋਂ ਚੱਲ ਯਾਰ ਉਹ ਬਾਈ ਕੀ ਹੋਵੇ ਬਾਈ ਜੀ ਚੇਤੇ ਹੀ ਲੱਗਿਆ ਇਹ ਜਾਣ ਨੂੰ ਦਿਲ ਨਹੀਂ ਕੀਤਾ ਪਰ ਤੁਹਾਡਾ ਬਾਈ ਜੀ ਹਸਪੀਟਲ ਬਹੁਤ ਸੋਹਣਾ ਲੱਗਾ ਓਏ ਹਸਪਤਾਲ ਨਹੀਂ ਹੈਗਾ ਯਾਰ ਹੋਸਟਲ ਆ ਜਾ ਵੜਾ